ਤੇ ਗੱਡੀ ਇੱਕ ਪੱਤਰਕਾਰ ਦੀ ਹੈ ਜਨਾਬ। ਹਾਲਾਂਕਿ ਪੱਤਰਕਾਰ ਅਸਲੀ ਹੈ ਜਾਂ ਫਿਰ ਨਕਲੀ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ, ਪਰ ਇਹ ਪੱਤਰਕਾਰ ਆਪਣੀ ਇਸੇ ਗੱਡੀ 'ਚ ਹੂਟਰ ਮਾਰਦਾ ਘੁੰਮ ਰਿਹਾ ਸੀ। ਸਿਰਫ ਹੂਟਰ ਹੀ ਨਹੀਂ, ਜਦੋਂ ਪੁਲਿਸ ਨੇ ਇਸ ਗੱਡੀ ਦੀ ਤਲਾਸ਼ੀ ਲਈ ਤਾਂ ਖੁਦ ਨੂੰ ਪੱਤਰਕਾਰ ਦੱਸਣ ਵਾਲੇ ਇਸ ਵਿਅਕਤੀ ਕੋਲੋਂ ਨਸ਼ਾ ਤੋਲਣ ਵਾਲਾ ਛੋਟਾ ਕੰਡਾ, ਨਸ਼ੀਲਾ ਪਾਊਡਰ ਅਤੇ ਗੱਡੀ 'ਚ ਰੱਖਿਆ ਇੱਕ ਗੰਡਾਸਾ ਬਰਾਮਦ ਹੋਇਆ। ਤੇ ਫਿਰੋਜ਼ਪੁਰ ਵਿੱਚ ਪੁਲਿਸ ਨੇ ਇੱਕ ਨਿੱਜੀ ਅਖ਼ਬਾਰ ਦੇ ਇਸ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਫਿਰੋਜ਼ਪੁਰ ਕੈਂਟ ਦੇ ਬੱਤੀਆਂ ਵਾਲੇ ਚੌਂਕ 'ਚ ਨਾਕਾ ਲਾ ਕੇ ਖੜੀ ਸੀ, ਜਿੱਥੇ ਪੁਲਿਸ ਦੇ ਕੰਨਾਂ 'ਚ ਹੂਟਰ ਦੀ ਆਵਾਜ਼ ਪਈ ਤੇ ਜਦੋਂ ਪੁਲਿਸ ਨੇ ਹੂਟਰ ਮਾਰਨ ਵਾਲੀ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਗੱਡੀ ਚਲਾਉਣ ਵਾਲਾ ਖੁਦ ਨੂੰ ਪੱਤਰਕਾਰ ਦੱਸ ਰਿਹਾ ਸੀ, ਜਿਸ ਕੋਲੋਂ ਪੁਲਿਸ ਨੂੰ ਖਾਸੀਆਂ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ। ਤੇ ਪੁਲਿਸ ਮੁਤਾਬਕ ਗੱਡੀ ਦੀ ਤਲਾਸ਼ੀ ਵੇਲੇ ਇੱਕ ਨਸ਼ਾ ਤੋਲਣ ਵਾਲੇ ਕੰਡੇ ਸਣੇ ਨਸ਼ਾ ਅਤੇ ਕੁਝ ਹੋਰ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਹ ਪੱਤਰਕਾਰ ਜਗਰਾਓਂ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤੁਸੀਂ ਰੋਕੀ ਹੈ, ਉਹ ਮਾਮਲਾ ਕੀ ਹੋਇਆ? ਸਰ, ਮਾਨਯੋਗ SSP ਸਾਹਿਬ ਦੇ ਹੁਕਮਾਂ ਅਨੁਸਾਰ ਕੈਂਟ ਏਰੀਏ ਦੇ ਵਿੱਚ ਅੱਡ ਅੱਡ ਸ਼ਿਫਟਿੰਗ ਵਾਈਜ਼ ਮੋਬਾਈਲ ਨਾਕਾ ਅਸੀਂ ਲਾਉਂਦੇ ਰਹਿੰਦੇ ਹਾਂ। ਅੱਜ ਸਪੈਸ਼ਲ ਆਪਣਾ ਨਾਕਾ ਲਾਈਟਾਂ ਵਾਲੇ ਚੌਂਕ 'ਤੇ ਅਸੀਂ ਲਾਇਆ, ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲ ਅਤੇ ਸਲੰਸਰ ਆ ਜਿਹੜੇ ਪਟਾਕੇ ਮਾਰਦੇ ਉਹ ਚੈੱਕ ਕਰ ਰਹੇ ਹਾਂ, ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਨ੍ਹਾਂ 'ਚ ਹੂਟਰ ਲੱਗੇ ਉਹ ਚੈੱਕ ਕਰ ਰਹੇ ਹਾਂ, ਅਤੇ ਪਲਸਵਾਰੀ ਬਿਨਾ ਨੰਬਰੀ ਉਹਨਾਂ ਦੇ ਅਸੀਂ ਅੱਜ ਚੈੱਕ ਕਰਕੇ ਅਤੇ ਚਾਣ ਕਰ ਰਹੇ ਹਾਂ। ਸਰ, ਇੱਕ ਗੱਡੀ ਜਿਹੜੀ ਤੁਸੀਂ ਫੜੀ ਹੈ ਉਹਦੇ ਵਿੱਚੋਂ ਕੀ ਕੁਝ ਹੋਇਆ? ਸਰ, ਇਹ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ ਲੈ ਹੂਟਰ ਵੱਜਿਆ ਜੀ, ਹੂਟਰ ਵੱਜਿਆ ਸੀ। ਗੱਡੀਆਂ ਸੀ ਪ੍ਰਾਈਵੇਟ 3-4, ਇੱਕੋ ਜੀ i20, ਉਹਨਾਂ ਨੂੰ ਅਸੀਂ ਰੋਕ ਕੇ ਬਰੀਕੀ ਨਾਲ ਉਹਨਾਂ ਜਾਂਚ ਕੀਤੀ, ਜਿਹਦੇ ਵਿੱਚ ਕਾਲੀਆਂ ਜਾਲੀਆਂ ਗੱਡੀ ਨੂੰ ਲੱਗੀਆਂ ਸੀ। ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਦੀ ਵਿੱਚ ਪੁੱਛਿਆ ਉਹਨੂੰ ਵੀ ਤੇਰੇ ਗੱਡੀ 'ਚ ਹੂਟਰ ਹੈਗਾ? ਪਹਿਲਾਂ ਉਹਨੇ ਕਿਹਾ ਨਹੀਂ ਹੈਗਾ, ਫਿਰ ਅਸੀਂ ਮਕੈਨਿਕ ਕੋਲ ਆ ਕੇ ਚੈੱਕ ਕੀਤਾ ਅਤੇ ਉਹਦੇ ਵਿੱਚ ਹੂਟਰ ਲੱਗਾ ਸੀ, ਜਿਹਦੇ ਵਿੱਚ ਹੂਟਰ ਉਹਦਾ ਕੱਢ ਕੇ ਅਸੀਂ ਚਲਾਣ ਕੀਤਾ ਗਿਆ। ਪਿੱਛੋਂ ਪੁਲਿਸ ਪਾਰਟੀ ਆਉਂਦੀ ਸੀ ਕੈਂਟ ਥਾਣੇ ਦੀ, ਉਹ ਵੀ ਆ ਕੇ ਹਜੂਮ ਇਕੱਠਾ ਹੋਇਆ ਹੋਇਆ ਸੀ ਕਾਫੀ ਸਾਰਾ ਇੱਥੇ, ਜਿਹਦੇ ਵਿੱਚ ਅਸੀਂ ਬਰੀਕੀ ਨਾਲ ਉਹਨਾਂ ਤਲਾਸ਼ੀ ਲਈ ਉਹਦੀ ਗੱਡੀ ਦੀ ਨਾਲ ਸੰਯੋਗ ਨਾਲ, ਜਿਹਦੇ ਵਿੱਚੋਂ ਇੱਕ ਕੰਡਾ ਅਤੇ ਕੁਛ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ। ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਉੱਪਰ? ਅਗਲੀ ਕਾਰਵਾਈ ਲਈ ਉਹ ਕੈਂਟ ਥਾਣੇ ਉਹਨਾਂ ਨੂੰ ਲੈ ਕੇ ਮਿਲਾ ਜੀ। ਅਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ? ਉਸਦੇ ਉੱਪਰ ਆਪਣਾ ਕਿਸੇ ਨਿੱਜੀ ਅਖਬਾਰ ਦਾ ਲੋਗੋ ਲੱਗਿਆ ਸੀ। ਤੇ ਹੁਣ ਪੁਲਿਸ ਆਪਣਾ ਕੰਮ ਕਰੇਗੀ ਅਤੇ ਉਮੀਦ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ, ਕਿਉਂਕਿ ਹੋ ਸਕਦਾ ਹੈ ਕਿ ਪੱਤਰਕਾਰ ਵੀ ਅਸਲੀ ਨਾ ਹੋਵੇ ਜਾਂ ਫਿਰ ਪੱਤਰਕਾਰੀ ਦੀ ਆੜ 'ਚ ਕੋਈ ਹੋਰ ਕੰਮ ਚੱਲ ਰਿਹਾ ਹੋਵੇ। ਹਾਲਾਂਕਿ ਗੱਡੀ 'ਤੇ ਕਿਸ ਅਖਬਾਰ ਦੇ ਲੋਗੋ ਲਏ ਗਏ ਸੀ ਇਹ ਦੱਸਣਾ ਮੁਨਾਸਿਬ ਨਹੀਂ ਹੋਵੇਗਾ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ, ਸੈਂਟਰਲ ਪੰਜਾਬ TV।